ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸਿੰਚਾਈ ਵਿਭਾਗ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਦੱਸਣਯੋਗ ਹੈ, ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਦਿੱਤੇ ਜਾਣ ਵਾਲੇ ਸਿੰਚਾਈ ਦੇ ਪਾਣੀ ਦਾ ਦਾਇਰਾ ਵਧਾਇਆ ਜਾਵੇ ਤਾਂ ਕਿ ਜ਼ਮੀਨ ਦੇ ਨੀਚੇ ਦੇ ਪਾਣੀ ਨੂੰ ਬਚਾਇਆ ਜਾ ਸਕੇ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਲ ਦਾ ਸਤਰ ਨੀਚੇ ਡਿੱਗਦਾ ਜਾ ਰਿਹਾ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਜਿਹੜਾ ਵਾਟਰ ਸਪਲਾਈ ਹੈ ਉਹਦੇ ਦਫ਼ਤਰ ਅੱਗੇ ਅੱਜ ਦਾ ਧਰਨਾ ਦੇ ਰਹੇ ਅੰਮ੍ਰਿਤਸਰ 'ਚ, ਇਸੇ ਤਰੀਕੇ ਨਾਲ ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ ਆਦਿ ਥਾਵਾਂ 'ਤੇ ਧਰਨੇ ਹੋ ਰਹੇ। ਸਾਡਾ ਮਨੁੱਖ ਮਨੋਰਥ ਆ ਵੀ ਜਿਹੜਾ ਝੋਨੇ ਦਾ ਬਦਲ ਸਾਨੂੰ ਨਾ ਦੇਣ ਕਰਕੇ ਜਿਹੜਾ ਜ਼ਮੀਨ ਹੇਠਲਾ ਪਾਣੀ ਉਹ ਲਗਾਤਾਰ ਘੱਟ ਰਿਹਾ, ਅਤੇ ਸਭ ਤੋਂ ਵੱਡੇ ਚੰਗੇ ਸੋਰਸ ਸੀਗੇ ਕੁਦਰਤੀ ਪਾਣੀ ਦੇ, ਉਹ ਸੀਗੀਆਂ ਸਾਡੀਆਂ ਨਹਿਰਾਂ। ਠੀਕ ਹੈ, ਨਹਿਰਿਆਂ ਥੱਲੇ ਪਹਿਲੋਂ 17% ਸਿੰਚਾਈ ਦਾ ਖੇਤਰ ਸੀਗਾ ਪੂਰੇ ਪੰਜਾਬ 'ਚ, ਹੁਣ ਉਹ ਘੱਟ ਰਿਹਾ ਲਗਾਤਾਰ। ਠੀਕ ਹੈ ਜੀ, ਅਤੇ ਨਹਿਰੀ ਡਿਪਾਰਟਮੈਂਟ ਵਾਸਤੇ ਪੰਜਾਬ ਸਰਕਾਰ ਨੇ ਬਜਟ ਵਿੱਚ ਕੋਈ ਬਹੁਤਾ ਚੰਗਾ ਫੰਡ ਨਹੀਂ ਰੱਖਿਆ ਗਿਆ, ਅਤੇ ਨਹਿਰਾਂ ਦੀ ਖਾਲ ਖਲਾਈ, ਸੂਬਿਆਂ ਦੀ ਖਾਲ ਖਲਾਈ ਕਦੀ ਵੀ ਨਹੀਂ ਹੋ ਰਹੀ। ਸੋ ਨਹਿਰੀ ਪਾਣੀ ਜਿਹੜਾ ਸਾਡਾ ਉਹ ਦਰਿਆਵਾਂ ਦੇ ਥਰੂ ਵੇਸਟ ਜਿਹੜਾ ਵਾ ਦੂਜੇ ਪਾਸੇ ਜਾ ਰਿਹਾ। ਸੋ ਅੱਜ ਅਸੀਂ ਇਹ ਮੰਗਾਂ ਭਾਰਨਾ ਹੈ ਵੀ ਜਿਹੜਾ ਨਹਿਰੀ ਡਿਪਾਰਟਮੈਂਟ ਆ, ਜਿਹੜਾ ਨਹਿਰਾਂ ਦਾ ਪਾਣੀ ਆ, ਉਹਦੇ ਹੇਠ ਸਿੰਚਾਈ ਦਾ ਜਿਹੜਾ ਖੇਤਰ ਆ ਉਹ ਵਧਾਇਆ ਜਾਵੇ, ਅਤੇ ਨਹਿਰੀ ਡਿਪਾਰਟਮੈਂਟ ਵਾਸਤੇ ਸਰਕਾਰ ਵੱਧ ਤੋਂ ਵੱਧ ਬਜਟ ਵਿੱਚ ਪੈਸੇ ਰੱਖੇ, ਤਾਂ ਜੋ ਸਾਡਾ ਇਹ ਕੁਦਰਤੀ ਪਾਣੀ ਆ ਅਤੇ ਇੱਕ ਚੰਗਾ ਪਾਣੀ ਆ, ਅਤੇ ਇਹਦੇ ਨਾਲ ਜਿਹੜਾ ਪੰਜਾਬ ਦੀ ਧਰਤੀ ਹੇਠਲਾ ਪਾਣੀ ਉਹ ਬਚਾਇਆ ਜਾ ਸਕੇ। ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਰੱਖਦਿਆਂ ਹੋਏ ਅਸੀਂ ਪੂਰੇ ਪੰਜਾਬ ਵਿੱਚ ਨਹਿਰੀ ਡਿਪਾਰਟਮੈਂਟ ਜਿਹੜੀ ਉਹਦੇ ਅਫਸਰ ਸਾਹੀ ਉਹਦੇ ਖਿਲਾਫ਼ ਧਰਨੇ ਕੱਢੇ ਹੋਏ ਆ ਵੀ ਤਾਂ ਜੋ ਨਹਿਰੀ ਪਾਣੀ ਹੇਠ ਪੰਜਾਬ ਦਾ ਵੱਧ ਤੋਂ ਵੱਧ ਸਿੰਚਾਈ ਖੇਤਰ ਜਿਹੜਾ ਵਾ ਉਹਨੂੰ ਲਿਆ ਕੇ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।